ਹੈਲੋ ਲੱਕੀ, ਘਰੇ ਆ ਜਾ, ਤੇਰਾ ਮਾਮਾ ਆਇਆ। ਅੱਜ ਰੱਖੜੀ ਦਾ ਤਿਉਹਾਰ, ਆਲੇ ਕੋਲੇ ਬਹਿ ਜੀ ਆ ਕੇ। ਤੁਸੀਂ ਬੰਨ ਲਓ, ਮੈਂ ਨਹੀਂ ਆਣਾ ਹੈਗਾ, ਮੈਂ ਕੀ ਕਰਨਾ ਅੱਗੇ। ਚੱਲ ਠੀਕ ਹੈ। ਕਿਉਂ, ਮੇਰੇ ਕੋਲ ਬੰਨੀ ਹੈ ਰੱਖੜੀ? ਚਲੋ ਬੰਨ ਦੋ। ਇੱਕ ਮਿੰਟ ਬਾਅਦ ਫੋਨ ਕਰਦਾ ਤੁਹਾਨੂੰ। ਅਗਰ ਤੁਹਾਨੂੰ ਸ਼ਾਮ ਤੱਕ ਪੈਸੇ ਚਾਹੀਦੇ ਆ ਤਾਂ 25 ਕਿਡਨੈਪ ਹੋਣੀ ਚਾਹੀਦੀ ਆ। ਧਿਆਨ ਨਾਲ ਕੰਮ ਕਰਿਓ, ਖਬਰ ਨਹੀਂ ਹੋਣੀ ਚਾਹੀਦੀ ਕਿਸੇ ਨੂੰ। ਕੁੜੀ ਨਾ ਸਾਡੇ ਹਵਾਲੇ ਕਰਦੇ, ਜੇ ਤਾਂ ਬਹੁਤ ਮਾੜਾ ਹੋਊਗਾ। ਜਿੰਨਾ ਮਾੜਾ ਹੋਣਾ ਸੀ ਨਾ ਹੋ ਗਿਆ, ਹੋਰ ਨਹੀਂ ਹੋਣ ਦਿੰਦਾ। ਕੌਣ ਸੀ ਉਹ ਮੁੰਡੇ? ਪਤਾ ਨਹੀਂ, ਮੈਨੂੰ ਕਿਡਨੈਪ ਕਰਨ ਦੀ ਗੱਲ ਕਰ ਰਹੇ ਸੀ ਤੇ ਮੈਂ ਡਰ ਕੇ ਭੱਜੇ। ਅੱਛਾ, ਤੂੰ ਰਹਿਣੀ ਕਿੱਥੇ ਆ? ਮੇਰਾ ਇਸ ਦੁਨੀਆ ਤੇ ਕੋਈ ਨਹੀਂ ਹੈਗਾ ਤੇ ਮੈਂ ਲੋਕਾਂ ਤੋਂ ਪੈਸੇ ਮੰਗ ਮੰਗ ਕੇ ਆਪਣਾ ਪੇਟ ਭਰਦੀ ਹਾਂ। ਅੱਛਾ, ਜਾਂ ਕੋਈ ਨਹੀਂ, ਮੈਂ ਤੇਰਾ ਭਰਾ ਹੈਗਾ ਨਾ, ਟੈਨਸ਼ਨ ਨਹੀਂ ਲੈਣੀ, ਠੀਕ ਆ? ਆ ਕੀ ਤੁਹਾਡੇ ਰੱਖੜੀ ਤੇ ਨਹੀਂ? ਮੇਰੀ ਵੀ ਕੋਈ ਭੈਣ ਨਹੀਂ ਹੈਗੀ। ਚਲੋ ਮੈਂ ਬਣ ਜਾਵਾਂਗੀ ਭੈਣ। ਬਾਈ ਕਿੰਨਾ ਕੁ ਟਾਈਮ ਲੱਗੂਗਾ? ਬਸ 10 ਕੁ ਮਿੰਟ ਲੱਗਣਗੇ। ਹੋਰ ਹੈਲੋ। ਹਾਂਜੀ ਵੀਰੇ। ਹਾਂ ਵੀਰੇ, ਯਾਰ ਮੈਂ ਨਾ ਬਾਹਰ ਚੱਲਣਾ ਕੋਈ ਕੰਮ, ਮੈਂ ਆ ਕੇ ਗੱਲ ਕਰਦਾ, ਠੀਕ ਹੈ? ਆ ਕੇ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇਹ ਮੇਰੀ ਛੋਟੀ ਭੈਣ ਆ, ਇਹਨੂੰ ਗੱਤਕਾ ਸਿਖਾ ਦਿਓਗੇ? ਤੁਸੀਂ ਇਹਨੂੰ ਗੱਤਕਾ ਕਿਉਂ ਸਿਖਾਉਣਾ ਚਾਹੁੰਦੇ ਹੋ? ਵੀਰ ਜੀ, ਅੱਜ ਕੱਲ੍ਹ ਟਾਈਮ ਬੜਾ ਮਾੜਾ ਚੱਲਦਾ ਪਿਆ, ਮੈਂ ਕਹਿੰਦਾ ਆਉਣ ਵਾਲੇ ਟਾਈਮ 'ਚ ਆਪਣੀ ਰਕਸ਼ਾ ਖੁਦ ਕਰ ਸਕੇ। ਜ਼ਰੂਰ ਸਿਖਾਵਾਂਗੇ ਜੀ। ਲਵਪ੍ਰੀਤ ਕੌਰ ਜੀ, ਇਹਨੂੰ ਆਪਣੇ ਨਾਲ ਲਾਓ, ਇਹਨੂੰ ਗੱਤਕਾ ਸਿਖਾਉਣਾ ਵਾਸਤੇ ਸ਼ੁਰੂ ਕਰ ਦਿਓ। ਪੰਡਤਾਂ ਦਾ ਦੇਖ ਨਿਰਾਦਰ, ਸਤਿਗੁਰ ਜੋ ਪਾਏ ਪੂਰ ਨੇ, ਓਈਓ ਅੱਜ ਪੜ ਜਾਣਗੇ ਗੋਬਿੰਦ ਦੇ ਲਾਲ ਸੂਪਿਆ, ਸਮਝੀ ਨਾ ਡਰ ਜਾਣਗੇ।
ਵੀਰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਵਪ੍ਰੀਤ ਕੌਰ ਜੀ ਖਿਲਾਫ ਆ ਓਹਦੀ ਸ਼ਹਿਰ ਚ ਵੀ ਬੜੀ ਦੁਸ਼ਮਣੀ ਪੈ ਚੁੱਕੀ ਆ ਤੁਸੀਂ ਸਾਥ ਦੋ ਨਾਲੇ ਓਹਦਾ ਮਾਫ਼ੀ ਮੂਫ਼ੀ ਮੰਗੋ ਓਹਦੇ ਤੋਂ ਦੇਖ ਯਾਰ ਲੱਕੀ ਦੀ ਭੈਣ ਸੀਗੀ ਸਾਡੇ ਇੱਥੋਂ ਮਰੀ ਆ ਆਪਾਂ ਉੱਪਰ ਤਾਂ ਜਾਣਾ ਨੀ ਉਹਨੂੰ ਇਸ ਗੱਲ ਦਾ ਤਾਂ ਗੁੱਸਾ ਹੋਊਗਾ ਜੀ ਆਪਾਂ ਜਾਵਾਂਗੇ ਉਹ ਸਾਨੂੰ ਕੁਛ ਨਾ ਕੁਛ ਤਾਂ ਕਹੂਗਾ ਜੀ ਇਸ ਲਈ ਮੈਂ ਤਾਂ ਨਹੀਂ ਜਾਣਾ ਬਟ ਮੈਂ ਜਾਊਂਗਾ ਯਾਰ ਕਿਉਂਕਿ ਮੇਰੇ ਹੱਥੋਂ ਗਲਤੀ ਹੋਈ ਹੈ ਤੇ ਮੈਂ ਜਾ ਕੇ ਮਾਫ਼ੀ ਮੰਗੂੰਗਾ ਜੋ ਸਜ਼ਾ ਦਊਗਾ ਮੈਨੂੰ ਮਨਜ਼ੂਰ ਹੈ ਤੂੰ ਜਾਏਂਗਾ ਰਾਜੇ ਮੈਂ ਵੀ ਤੇਰੇ ਨਾਲ ਜਾਵਾਂ ਚੱਲ ਠੀਕ ਆ ਭਾਜੀ ਤੁਸੀਂ ਵੀ ਚੱਲੋ ਯਾਰ